ਹਾਂਜੀ, ਅੱਠਵੀਂ ਦੇ ਪਿਆਰੇ ਵਿਦਿਆਰਥੀਓ, ਬੇਟਾ ਅੱਜ ਆਪਾਂ ਤੁਹਾਡੇ ਲਈ ਜਿਹੜੀ ਸ਼ੀਟ ਲੈ ਕੇ ਆਏ ਹਾਂ ਉਹ ਛੇਵੀਂ ਹੈ, ਲਿਖਿਆ ਹੋਇਆ 6th week। ਇਹਦੇ ਨਾਲ ਨਾਲ ਇੱਕ ਤੁਹਾਨੂੰ ਜਾਣਕਾਰੀ ਹੋਰ ਦੇ ਦਈਏ ਵੀ ਜਿਹੜਾ ਪੇਪਰ ਹੋਣਾ ਉਹ ਪੰਜਵੀਂ ਅਤੇ ਛੇਵੀਂ ਸ਼ੀਟ 'ਚੋਂ ਹੋਣਾ। ਸੋ ਦੋਨੇ ਸ਼ੀਟਾਂ ਦੇ ਸਲਿਊਸ਼ਨ ਦੇਖਣੇ ਜ਼ਰੂਰੀ ਨੇ। ਜੇ ਪੰਜਵੀਂ ਸ਼ੀਟ ਨਹੀਂ ਦੇਖੀ ਤਾਂ ਉਹ ਤੁਸੀਂ ਜ਼ਰੂਰ ਦੇਖਣੀ ਹੈ, ਅਤੇ ਵਧੀਆ ਤਿਆਰੀ ਦੇ ਲਈ ਸਾਰੀਆਂ ਸ਼ੀਟਾਂ ਦੇਖਣੀਆਂ ਨੇ। ਇੱਕ ਤੁਸੀਂ ਕੋਸ਼ਿਸ਼ ਕਰਨੀ ਹੈ, ਨਾਲ ਜਿਹਨੇ ਜ਼ਿਆਦਾ ਵਧੀਆ ਪੇਪਰ ਕਰਨਾ ਉਹ 6ਵੀਂ 7ਵੀਂ ਦੀ ਸ਼ੀਟ ਵੀ ਨਾਲ ਦੇਖਣੀ ਹੈ, 6ਵੀਂ 7ਵੀਂ ਕਲਾਸ, ਠੀਕ ਹੈ? ਕਿਉਂਕਿ ਉਹਨਾਂ ਦੇ ਵਿੱਚ ਵੀ ਹੈਗੇ ਨੇ ਸਵਾਲ ਸੇਮ, ਤੁਹਾਡੀ ਪ੍ਰੈਕਟਿਸ ਹੋ ਜਾਣੀ ਅੱਛੀ। ਸੋ ਧਿਆਨ ਨਾਲ ਉਹ ਵੀ ਕਰ ਲਿਓ। ਇੱਕ ਲੜਕੀ ਨੇ ਇੱਕ ਗਰਲ ਹੈ, ਉਹਨੇ ਸ਼ੇਡ ਕਰਤਾ 2/3 ਹਿੱਸਾ, ਕਿਹਦਾ? ਹਾਫ ਆਫ ਏ ਸਰਕਲ, ਅੱਧੇ ਸਰਕਲ ਦਾ, ਅੱਧਾ ਸਰਕਲ, ਠੀਕ ਹੈ? ਅੱਧੇ ਸਰਕਲ ਦਾ ਕਿੰਨਾ ਹਿੱਸਾ ਸ਼ੇਡ ਕਰਤਾ? 2/3। ਲਓ ਜੀ ਆਹ ਸ਼ੇਡ ਕਰਤਾ। ਦੱਸੋ ਉਸਨੇ ਚੱਕਰ ਦਾ ਕਿੰਨੇ ਭਾਗ ਰੰਗ ਕੀਤਾ? ਆਹ ਪੂਰਾ ਚੱਕਰ ਸੀ, ਕਿੰਨੇ ਭਾਗ ਰੰਗ ਕੀਤਾ? ਦੇਖਣ 'ਚ ਪਤਾ ਲੱਗ ਰਿਹਾ 2 ਭਾਗ ਕਿੰਨਿਆਂ 'ਚੋਂ? 6 'ਚੋਂ, ਅਤੇ ਵੰਡਿਆ ਕਿੰਨਾ ਆ ਗਿਆ? 1/3। ਇਹ ਤਾਂ ਹੋ ਗਿਆ ਜਿਵੇਂ ਆਪਾਂ ਡਰਾਇੰਗ ਦੇ ਮੁਤਾਬਕ ਸਵਾਲ ਕਰਦੇ ਹਾਂ। ਪੇਪਰ 'ਚ ਕਿੱਦਾਂ ਕਰਨਾ? ਇੱਦਾਂ ਤਾਂ ਸ਼ਾਇਦ ਨਾ ਤੁਸੀਂ ਕਰੋ, ਇੱਕ ਚੱਕਰ ਦੇ ਅੱਧਾ, ਇੱਕ ਚੱਕਰ ਇੱਕੋ ਹੀ ਹੈ, ਦੇ ਅੱਧਾ, ਅੱਧਾ ਮਤਲਬ 1/2, ਦਾ ਮਤਲਬ ਹੁੰਦਾ ਗੁਣਾ, ਕਿੰਨਾ ਤਿਹਾਈ? 2 ਤਿਹਾਈ, 2 ਤਿਹਾਈ ਮਤਲਬ 2/3, 2 ਗੁਣਾ 2 ਕੱਟ ਗਿਆ, ਕਿੰਨਾ ਬਚ ਗਿਆ? 1/3। ਤਾਂ ਇਸ ਤਰ੍ਹਾਂ ਵੀ ਆਪਾਂ ਕੱਢ ਸਕਦੇ ਹਾਂ। ਤੁਹਾਨੂੰ ਉੱਦਾਂ ਵੀ ਮੈਨੇ ਸਮਝਾਤਾ, ਦੋਨੇ ਤਰੀਕੇ ਹੀ ਦੱਸਤੇ, ਠੀਕ ਹੈ? ਦੋਨੇ ਤਰੀਕਿਆਂ ਨਾਲ ਆਂਸਰ ਕਿੰਨਾ ਆ ਰਿਹਾ? 1/3। ਇਹ ਸਵਾਲ ਦੇਖੋ ਪਹਿਲਾਂ ਵਰਕਸ਼ੀਟਾਂ ਦੇ ਵਿੱਚ ਆਇਆ ਹੋਇਆ, ਇਹ ਨਹੀਂ ਹੈ ਵੀ 8ਵੀਂ 'ਚ ਆਇਆ ਹੋ ਸਕਦਾ 7ਵੀਂ 'ਚ ਆਇਆ ਹੋਵੇ, ਅਤੇ ਇਸੇ ਕਰਕੇ ਤੁਹਾਨੂੰ ਕਹਿਣਾ ਵੀ ਸਾਰੀਆਂ ਸ਼ੀਟਾਂ ਦੇਖ ਲਿਆ ਕਰੋ। ਇੱਕ ਸਕੂਲ ਵਿੱਚ ਕੁੱਲ ਵਿਦਿਆਰਥੀ ਨੇ ਕਿੰਨੇ ਲੈ ਲਏ? ਮੈਨੇ ਐਕਸ ਦਾ 3/8 ਭਾਗ ਕੀ ਹੈ? ਲੜਕੀਆਂ, ਬਾਕੀ ਕੀ ਨੇ? ਲੜਕੇ। ਇਹਨੇ ਸਕੂਲ 3/8 ਆਫ ਦਾ ਸਟੂਡੈਂਟ ਆਰ ਗਰਲ ਐਂਡ ਦਾ ਰੈਸਟ ਆਰ ਬੋਏ। ਤਾਂ ਬੱਚੇ ਲੜਕੇ ਕਿੰਨੇ ਹੋ ਗਏ? 3/8 ਕੀ ਨੇ? ਗਰਲ। ਤਾਂ ਬੋਏ ਕਿੰਨੇ ਹੋ ਗਏ? 5/8। ਕਿਉਂ? ਕਿਉਂ ਟੋਟਲ ਤਾਂ ਇੱਕੋ ਹੀ ਹੁੰਦਾ। ਜੇਕਰ 180 ਲੜਕੇ ਹਨ ਤਾਂ ਵਿਦਿਆਰਥੀਆਂ ਦੀ ਕੁੱਲ ਗਿਣਤੀ ਕਿੰਨੀ ਹੋਵੇਗੀ? ਹੁਣ ਜੇ ਆਪਾਂ ਪੁਆਇੰਟਾਂ 'ਚ ਗੱਲ ਕਰੀਏ, ਬਟਿਆਂ 'ਚ ਗੱਲ ਕਰੀਏ, ਤਾਂ ਲੜਕੇ ਕਿੰਨੇ ਨੇ? 5/8। ਕਿਹਦਾ? ਐਕਸ ਦਾ। ਐਕਸ ਕੀ ਸੀ ਟੋਟਲ? ਅਤੇ ਹੈਗੇ ਕਿੰਨੇ ਨੇ? 180। ਇੱਦਾਂ ਤੁਹਾਡੀ ਸਟੇਟਮੈਂਟ ਬਣ ਜਾਂਦੀ ਹੈ। ਦੇਖੋ ਸ਼ੁਰੂ ਕੀਤਾ ਸੀ ਬੋਆਏ ਤੋਂ, ਪਹੁੰਚ ਗਏ ਕਿੱਥੇ? ਬੋਆਏ ਤੱਕ। ਗੱਲ ਤਾਂ ਇੱਕੋ ਹੀ ਹੈ। ਹੁਣ ਆਪਣਾ ਐਕਸ ਦਾ ਮੁੱਲ ਨਿਕਲਿਓ, ਐਕਸ ਬਰਾਬਰ ਹੈ 180 ਗੁਣਾ 5/8, ਉੱਧਰ ਜਾ ਕੇ ਕੀ ਹੋਜੂ? 8/5। ਪੁੱਠਾ ਹੋ ਗਿਆ ਬਸ। ਜਦੋਂ ਕੋਈ ਵੀ ਚੀਜ਼ ਆਪਣਾ ਘਰ ਬਦਲ ਲੈਂਦੀ ਹੈ, ਮਤਲਬ ਬਰਾਬਰ ਦੇ ਦੂਜੇ ਪਾਸੇ ਚਲੀ ਜਾਂਦੀ ਹੈ, ਤਾਂ ਉਹ ਉਲਟੀ ਹੋ ਜਾਂਦੀ ਹੈ। ਗੁਣਾ ਸੀ ਭਾਗ ਹੋ ਜਾਂਦੀ ਹੈ, ਭਾਗ ਕਰਨੀ ਸੀ ਭਾਗ ਦੀ, ਅਗਰ ਤਾਂ ਮੈਨੇ ਗੁਣਾ ਹੀ ਰੱਖ ਲਿਆ, ਪਰ ਰਕਮ ਨੂੰ ਕੀ ਕਰਤਾ ਮੈਨੇ? ਪੁੱਠਾ ਕਰਤਾ। 5 × 5 = 36, 5 = 180। ਅਤੇ ਐਕਸ ਕੀ ਹੋਊਗਾ? 36 × 8। 36 ਨੂੰ 8 ਨਾਲ ਗੁਣਾ ਕਰ ਦੋ, ਕਿੰਨਾ ਆਜੂ? 288। ਤੁਸੀਂ ਰਫ ਕੰਮ 'ਚ ਕਰਕੇ ਦੇਖ ਲੈਣਾ। ਇਸ ਲਈ ਕੁੱਲ ਜਿਹੜੇ ਲੜਕਿਆਂ ਵਾਲਾ ਆਪਾਂ ਨੂੰ ਦਿੱਤਾ ਸੀ ਸਵਾਲ, ਤਾਂ ਕੁੱਲ ਕਿੰਨੇ ਬੱਚੇ ਹੋ ਗਏ? 288। ਜਾਣੀ ਕਿ ਚੌਥੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇਣੀ ਹੈ। ਅਗਲਾ ਸਵਾਲ, ਕਾਕੂ ਵਾਜ ਗਿਵਨ ਵਨ ਸਹੀ ਵਨ ਓਵਰ 2 ਕੇਕ, ਮਤਲਬ 1 ਪੂਰਾ ਅਤੇ 1 ਅੱਧਾ। ਨਜਮਾ ਵਾਜ ਗਿਵਨ 1 ਸਹੀ 1/3 ਵਨ ਸਹੀ ਵਨ ਓਵਰ 3 ਫਾਇੰਡ ਦਾ ਟੋਟਲ ਅਮਾਊਂਟ ਆਫ ਕੇਕ ਵਾਜ ਗਿਵਨ ਟੂ ਬੋਥ। ਦੋਨਾਂ ਨੂੰ ਕੁੱਲ ਕਿੰਨਾ ਕੇਕ ਮਿਲਿਆ? ਕਾਕੂ ਨੂੰ ਕਿੰਨਾ ਮਿਲਿਆ? ਇੰਨਾ। ਨਜਮਾ ਨੂੰ ਕਿੰਨਾ ਮਿਲਿਆ? ਇੰਨਾ। ਤਾਂ ਦੋਨਾਂ ਨੂੰ ਕਿੰਨਾ ਮਿਲਿਆ? ਪਹਿਲਾਂ ਦੋਨਾਂ ਨੂੰ ਸਿੰਪਲ ਫਰੈਕਸ਼ਨ ਬਣਾ ਲਾਂਗੇ। ਸਿੰਪਲ ਫਰੈਕਸ਼ਨ ਮਤਲਬ ਸਿੰਪਲ ਬਿਨ 2 × 2 = 3/2। ਇਹ ਕਿੰਨਾ ਬਣ ਗਿਆ? 4/3। ਤਾਂ ਲਘੁੱਤਮ ਲੈਣਾ ਕਿੰਨਾ ਆਜੂ? ਦੋਨਾਂ ਨੀਚੇ 6 6 ਆਜੂਗਾ, ਕਿਉਂਕਿ 2 ਅਤੇ 3 ਦਾ ਲਘੁੱਤਮ ਹੁੰਦਾ 6। ਕਈ ਬੱਚੇ ਨੂੰ ਬਟਰਫਲਾਈ ਮੈਥਡ ਨਾਲ ਵੀ ਕਰ ਲੈਂਦੇ ਨੇ, 2 3 6, 3 × 3 = 3, 3 × 3 = 9, 2 × 4 = 8, ਕਿੰਨਾ ਬਣ ਗਿਆ? 17/6।
17 बटे 6 आंसर जो है नहीं गा तो इन फिर मिक्स फ्रैक्शन बनाओ, 6 दूनी 12 किन्ने बच गए 5 बटे 6, तो 2 सही 5 बटा 6 तुहाडा की आ गया आंसर आ गया। तो जिथे तुहानू 2 सही 5 बटा 6 नज़र आ रहा उत्ते की ला दो तुसीं टिक लगा दो। विच ऑफ द फॉलोइंग फ्रैक्शन रीप्रजेंट शेडड पार्ट, शेडड तो भाव रंगदार भाग किहड़ा गा। हुण देखो टोटल किन्ने भाग ने इस लोट है 5, इस लोट है 3, तो 5 दी टोटल डब्बियां किन्नियां ने 15, तो नीचे तो 15 आ गया। रंगदार भाग गिन लो किन्ने ने, विचों 3 छड़ दो, पिछे किन्ने बच गए 12 रंगदार ने, तो 4 ते वंडिया 4 3 12 ना 4 ते नहीं वंडिया आंदा 3 ते वंडिया आंदा 4 3 12 5 3 15 किन्ना आ गया 4 बटे 5। 4 बटे 5 दा मतलब ऑप्शन नंबर 2 ते टिक तुसी लगा देना, ठीक है 4 बटे 5 क्यों 12 डब्बियां रंगियां भी ने, किन्नियां चो रंगियां ने 15 चो, 3 ते वंडिया 4 3 ते वंडिया 5 4 बटे 5। सेम सवाल पहला भी वर्कशीट च आपां करवाया वे, दोबारा करा दिंदे आ। ए फार्मर यूज 4 आउट ऑफ 5 इक्वल स्ट्रिप्स ऑफ हिज लैंड, 4 बटे 5 उन्हें वरत लिया कादे वास्ते, वीट कॉर्प वास्ते, 5 पट्टियां करके विचों किन्नियां वरत लिया 4, कादे वास्ते कणक वास्ते, कणक किन्ने भाग चलाती 4 बटे 5 भाग च, ते बाकी जमीन का सत्तवा हिस्सा का च वरतता, वन सैवंथ मेज कौर, मेज मतलब मक्की की फसल, किन्नवें हिस्से चलाती 7वें हिस्से, दोनों जोड़ दो तो इन्ना हिस्सा उन्हें टोटल वरत लिया, तो पूछा कि हिस्सा बाकी फसलों का, ये जोड़ के कि बन गया 5 7 35, ओमी तिरछी गुणा तितली विधि बटरफ्लाई मैथड 28 5, तो हम टोटल किन्ना भाग लाता 33 बटे 35, कुल भाग किन्ना होंदा जमीन का 1 घटाओ 33 बटे 35, यानी कि किन्ना बच गया 2 बटे 35, को टोटल तो 35 हिस्से बनाने पैणगे, 35 हिस्से करते 33 हिस्सों के, तो कणक ते मक्की बीजती तो बाकी किन्ना रह गया, उहदा सिर्फ 2 हिस्से रह गए, किन्नियां च रह गए 35 च। कई बच्चे ने इदा भी कर लेंदे, पहली वीडियो आप इदा ही कराया, एक घटाओ 4 बटे 5 घटाओ 1 बटे 7, आ होगी थोड़ी कणक आ होगी थोड़ी मक्की, हुण दोनों तिना का लघुत्तम आ गया 35, 35 घटाओ 5 7 35 4 7 28 7 5 35 1 5 5, इदा भी कर लूँगी तभी थोड़ा आंसर कि आजू 2 बटे 35 ही आजू, क्लीयर है। 15 मीटर 5 सेंटीमीटर, सेम सवाल माड़ा जहा फर्क है, 7वीं च भी करा के हटा मैं, हुण 1 मीटर बराबर किन्ना हुंदा 100 सेंटीमीटर, सीएम कहंदे अंग्रेजी वाले बच्चे, तो हुण इहनू 5 सेंटीमीटर नहीं पढ़ना, किन्ना पढ़ना 0.5 पढ़ना बस, जे इन्ना पढ़ लिया सवाल हो गया किन्ना बन गया 15.05, लो जी आंसर आ गया ऑप्शन नंबर 2 15.05। इन्ना क काम सी है ही नहीं कुछ सवाल च, 3:4 डेसीमल फॉर्म च लिखना दशमलव रूप च, 3:4 का मतलब 3/4, हुण 3 नूं 4 ते वंडना है, वंडो जी किन्ने ते गया, जांदा नहीं ना जांदी की लाई 0 इत्थे लग गया पॉइंट, 4 7 28 किन्ने बच गए 2, फिर तारी 0, 5 4 20 कटे 0, तो किन्ना आ गया 0.75। 3/4 का मतलब होंगे 4 हिस्से करके बिचों 3 हिस्से रह लें, 25-25 पैसे 3 बारी, तो किन्ना बन जाता 0.75। 12 रुपए का 60 पैसे नाल अनुपात पता करना, 12 तो है कि नहीं देखो रुपये, 60 की ने पैसे,
ਰੇਸ਼ੋ ਹਮੇਸ਼ਾ ਜਿਹੜੇ ਨਿਕਲਦੀ ਹੁੰਦੀ ਹੈ ਰੁਪਈਏ ਅਤੇ ਪੈਸੇ ਦੀ ਨਹੀਂ ਨਿਕਲਦੀ ਹੁੰਦੀ, ਰੁਪਈਆਂ ਦੀ ਰੁਪਈਆ ਨਾਲ ਨਿਕਲਦੀ ਹੁੰਦੀ ਹੈ ਅਤੇ ਪੈਸਿਆਂ ਦੀ ਪੈਸਿਆਂ ਨਾਲ ਨਿਕਲਦੀ ਹੁੰਦੀ। ਹੁਣ ਰੁਪਈਏ ਤਾਂ ਹੈਗੇ ਨੇ 12, ਪੈਸੇ ਹੈਗੇ ਨੇ 60, ਤਾਂ ਰੁਪਈਆਂ ਦੇ ਪੈਸੇ ਬਣਾ ਲਓ। ਲਓ ਜੀ ਇਹ ਬਣ ਗਏ ਪੈਸੇ, ਅਤੇ ਇੱਧਰੋਂ ਇਹ ਕਿੰਨੇ ਨੇ 60 ਪੈਸੇ। ਹੁਣ ਜਿਵੇਂ ਮਰਜ਼ੀ ਰੇਸ਼ੋ ਗੱਡੀ 'ਚ ਲਓ, ਕੋਈ ਦਿੱਕਤ ਨਹੀਂ, ਵੰਡ ਦਿਉ 6 × 6 = 12 = 20, ਤਾਂ ਉੱਪਰ ਕਿੰਨਾ ਆ ਗਿਆ 20:1। 20 ਉੱਪਰ ਸੀ ਤਾਂ ਮੂਹਰੇ ਲਿਖ ਲਿਆ, 1 ਥੱਲੇ ਸੀ ਤਾਂ ਪਿੱਛੇ ਲਿਖ ਲਿਆ, ਤਾਂ ਕਿੰਨਾ ਅਨੁਪਾਤ ਆ ਗਿਆ 20:1, ਯਾਨੀ ਕਿ ਪਹਿਲੀ ਆਪਸ਼ਨ। 9ਵੇਂ ਸਵਾਲ ਨੂੰ ਥੋੜ੍ਹਾ ਧਿਆਨ ਨਾਲ ਸਮਝਣਾ। ਇਨ ਏ ਡਿਜ਼ਾਇਨ ਮੇਡ ਫਰੋਮ ਟਾਈਲਡ, ਮੈਂ ਤੁਹਾਨੂੰ ਸਵਾਲ ਬਾਅਦ 'ਚੋਂ ਸਮਝਣ ਵਾਲਾ, ਰਕਮ ਸਮਝ ਲਓ। ਈਚ ਆਫ ਦਾ ਡਿਮੈਂਸ਼ਨ 40/60, ਮਤਲਬ ਜਿਹੜੀ ਟਾਇਲ ਆ ਉਹ ਇਸ ਲੋਟ ਨੂੰ 40 cm ਹੈ, ਇਸ ਲੋਟ ਨੂੰ 60 ਹੈ, ਐਡੀ ਐਡੀ ਟਾਇਲਾਂ ਨੇ, ਚੌਰਸ ਨਹੀਂ ਹੈਗੀਆਂ, ਆਇਤਾਕਾਰ ਨੇ, ਰੈਕਟੈਂਗੂਲਰ ਨੇ। ਫਾਇੰਡ ਦਾ ਰੇਸ਼ੋ ਆਫ ਪੈਰੀਮੀਟਰ ਆਫ ਸ਼ੇਡਡ ਪੋਰਸ਼ਨ ਟੂ ਪੈਰੀਮੀਟਰ ਆਫ ਹੋਲ ਡਿਜ਼ਾਇਨ, ਰੰਗਦਾਰ ਭਾਗ ਦਾ ਪੂਰੇ ਡਿਜ਼ਾਇਨ ਨਾਲ ਕੀ ਕੱਢਣਾ, ਅਨੁਪਾਤ ਕੱਢਣਾ। ਕਾਹਦਾ? ਘੇਰੇ ਦਾ। ਘੇਰਾ ਜਿਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਪੈਰੀਮੀਟਰ ਬੋਲਦੇ ਹਾਂ, ਪੈਰੀਮੀਟਰ, ਇਹਦਾ ਫਾਰਮੂਲਾ 2 × ਲੰਬਾਈ ਜੋੜ ਚੌੜਾਈ। ਕਿਹਦੇ ਕੇਸ 'ਚ? ਆਇਤ ਦੇ ਕੇਸ 'ਚ, ਰੈਕਟੈਂਗਲ ਦੇ ਸੀ, 2 × ਲੰਬਾਈ ਜੋੜ ਚੌੜਾਈ, ਇਹ ਯਾਦ ਰੱਖਣਾ। ਇਹ ਹੋ ਗਿਆ ਜੀ ਆਪਣੇ ਕੋਲ ਹੁਣ ਏਰੀਆ। ਪਹਿਲਾਂ ਸ਼ੇਡਡ ਪੋਰਸ਼ਨ ਦੀ ਗੱਲ ਕਰੀਏ ਤਾਂ ਇਸ ਲੋਟ 60 ਸੀ, ਤਾਂ 2 ਟਾਈਲਾਂ ਨੇ, 60 ਕਿੰਨਾ ਹੋ ਗਿਆ 120, ਲਿਖ ਰੱਖਿਆ ਇਹਨਾਂ ਨੇ 120। ਇਸ ਲੋਟ ਹੈਗਾ 40, ਦੇਖੋ 40 ਲਿਖਿਆ ਨਾ, ਕਿੰਨੇ ਨੇ 40 ਤਿੰਨ ਨੇ ਲਿਖਤਾ ਵੀ 120 ਹੈ, ਕਿਹੜਾ? ਸ਼ੇਡਡ। ਹੁਣ ਆਪਾਂ ਰੰਗਿਆ ਭਾਗ, ਰੰਗ ਵਾਲਾ ਪਰਿਮਾਪ ਘੇਰਾ ਕਿੰਨਾ ਹੋਊਗਾ, 2 × ਲੰਬਾਈ, ਆ ਹੋਊਗੀ ਲੰਬਾਈ, ਕਿੰਨੀ ਹੈ 120, ਚੌੜਾਈ ਆ ਸੀ ਚੌੜਾਈ, ਕਿੰਨੀ ਹੈ ਵੀ 120, 120 × 240 ਕਿੰਨਾ ਬਣ ਗਿਆ 480। ਇਹ ਰੱਖਣਾ ਤੁਸੀਂ ਆਪਣੇ ਦਿਮਾਗ ਦੇ ਵਿੱਚ, ਰੰਗ ਵਾਲਾ ਘੇਰਾ। ਹੁਣ ਆ ਗਿਆ ਬਿਨਾਂ ਰੰਗ ਵਾਲਾ, ਦੋ ਗੁਣਾ ਲੰਬਾਈ, ਲੰਬਾਈ ਮਤਲਬ ਆਹ ਚੀਜ਼ ਹੈ। ਕੋਈ ਬੱਚਾ ਦੱਸ ਸਕਦਾ ਕਿੰਨੀ ਹੋ? ਦੇਖੋ 1 ਸੀ 60, ਦੂਜੀ ਵੀ 60, ਤੀਜੀ ਵੀ 60, ਚੌਥੀ ਵੀ 60, ਤਾਂ ਟੋਟਲ ਕਿੰਨਾ ਬਣ ਗਿਆ 240। ਹੁਣ ਆ ਜਾਈਏ ਚੜ੍ਹਾਈ 'ਤੇ, ਚੜ੍ਹਾਈ ਕਿੰਨੀ ਹੈ? ਇੰਨੀ ਜਿਹੜੀ ਮੈਨੇ ਲਾਲ ਲਕੀਤਰ ਮਾਰੀ ਹੈ, ਚਲੋ ਮੈਂ ਰੰਗ ਬਦਲਦਾ, ਆਹ ਚੜ੍ਹਾਈ ਹੈ, ਜਾਮਣੀ ਲਕੀਤਰ ਜਿੱਥੇ ਮਾਰੀ ਹੈ। 1 ਕਿੰਨੀ ਡੱਬੀ ਸੀ? 40, ਦੂਜੀ 40, ਤੀਜੀ 40, ਚੌਥੀ 40, ਪੰਜਵੀਂ 40, ਤਾਂ 5 × 40 ਦਾ ਮਤਲਬ ਕਿੰਨਾ ਬਣ ਗਿਆ 200। ਤਾਂ 2 × 240 ਅਤੇ 200 ਕਿੰਨਾ ਹੋ ਗਿਆ 440, ਕਿੰਨਾ ਆ ਗਿਆ 880। ਤਾਂ ਹੁਣ ਆਪਾਂ ਰੇਸ਼ੋ ਕਿਹਦੀ ਕੱਢਣੀ, ਇੱਕ ਪਹਿਲਾਂ ਕੱਢਿਆ ਸੀ, ਇੱਕ ਹੁਣ ਕੱਢਿਆ। ਪਹਿਲਾਂ ਕਿੰਨਾ ਕੱਢਿਆ ਸੀ 480, ਹੁਣ ਕਿੰਨਾ ਕੱਢਿਆ 880। ਲਓ ਜੀ ਵੰਡ ਦਿਉ, 2 'ਤੇ ਕੱਟਿਆ 24, 2 'ਤੇ ਕੱਟਿਆ 44, ਫਿਰ 2 'ਤੇ ਕੱਟਿਆ 12, ਕੱਟਿਆ ਮਤਲਬ ਵੰਡਿਆ, ਫਿਰ 2 'ਤੇ ਵੰਡਿਆ 6, 2 'ਤੇ ਵੰਡਿਆ 11, ਕਿੰਨਾ ਆ ਗਿਆ 6/11, ਭਾਵ 6:11। ਇਹ ਤੁਹਾਡਾ ਕੀ ਬਣ ਗਿਆ ਆਂਸਰ? ਨਜ਼ਰ ਮੈਨੂੰ ਆਈ ਜਾਂਦਾ, ਚਲੋ ਕੋਈ ਨਾ, ਕਿੱਥੇ ਨਜ਼ਰ ਆ ਰਿਹਾ ਸੀ ਮੈਨੂੰ? ਤੀਜੀ ਆਪਸ਼ਨ ਦੇ ਵਿੱਚ, ਠੀਕ ਹੈ ਜੀ। ਚਲੋ ਅੱਗੇ, 1 ਤੋਂ ਲੈ ਕੇ 20 ਤੱਕ ਰੇਸ਼ੋ ਕੱਢਣੇ ਕਿਹਦੀ? ਪ੍ਰਾਈਮ ਨੰਬਰ ਦੀ। ਕਾਹਦੇ ਨਾਲ? ਈਵਨ ਨਾਲ, ਆਪਾਂ ਸੰਖਿਆ ਅਤੇ ਜਿਸਤ ਸੰਖਿਆਵਾਂ, ਜਿਸਤ ਸੰਖਿਆਵਾਂ ਨੂੰ ਅੰਗਰੇਜ਼ੀ 'ਚ ਬੋਲਦੇ ਨੇ ਈਵਨ ਨੰਬਰ, ਪਹਿਲਾਂ ਪ੍ਰਾਈਮ ਨੰਬਰ। ਪ੍ਰਾਈਮ 20 ਤੱਕ ਦੇਖੋ ਜੇ ਗਿਣਨ ਲੱਗ ਜਾਈਏ ਤਾਂ 2, 3, 5, 7, 11, 13, 17 ਅਤੇ 19, ਤਾਂ ਟੋਟਲ ਕਿੰਨੇ ਪ੍ਰਾਈਮ ਨੰਬਰ ਨੇ? 8 ਨੇ। ਅਤੇ ਈਵਨ ਨੰਬਰ, ਈਵਨ ਮਤਲਬ ਜੋਟੇ ਵਾਲੇ, ਕਲੀ ਜੋਟਾ ਜੇ ਗੋਲੀਆਂ ਖੇਡਦੇ ਨੇ ਪਿੰਡਾਂ ਦੇ ਵਿੱਚ ਬੱਚੇ, ਤਾਂ 2, 4, 6, 8,
दो चार छे अठ दस बारह चौदह सोलह अठारह ते भी। ये हो गए थोड़े जिस्त संख्यावान, किनिया हो गया दस। तो दोनों की कटनी है रेशो, रेशो मतलब बंट दो, किन्ने दे कट गया बोलो जी, दो ते किन्ना आ गया चार अनुपात पाँच। तो रेशो किन्नी आ गई फोर रेशो फाइव, फोर रेशो फाइव जिथे भी है तो की है आंसर। ठीक है जी, चलो ये आप फार्मूला कि लावे, बॉड मास। बॉड मास का मतलब पहले ब्रैकट, फिर ओ का मतलब ऑफ जिन्हों दा कह दें, गुणा डी डिवाइड एम मल्टीप्लाई ए एडिशन एस सबट्रैक्शन। तो पहले जो की होगा गुणा, 0.2 जोड़ 1.3 घटाओ 0.4 गुणा 1.5 कि होंगे 0.60। मगरली जीरो आप छड़ सकते, 0.60 लिखना सी, 60 लिख दो चाहे जीरो छड़ दो, एक ही गल है। हुण देखो पहला जोड़ कर दिए 1.5, इन्हां दोनों का घटाओ 0.6, 15 चो 6 कढ़िए कि होंगे 9 पॉइंट लगेगा 0.9। तो आंसर किन्ना गया 0.9 का भाव, किहड़ा आंसर आ गया ऑप्शन पहली, इहदे टिक ला देना। ठीक है जी, एक बक्से विच ईच बॉक्स कंटेन 25 बुक्स, हाउ मैनी बुक्स वर पैकड इन 200 बॉक्स। 200 बक्सों में कितनी किताबें पैक होंगी, किमें कढ़ांगे? एक बक्सा कितनी किताबें 25, तो 200 बक्से 200 का भाव गुणा करांगे 25 गुणा 200। तो तुहाडी ऑप्शन कि आ गई सैकेंड। जस्ट इन्होंने पूछे भी किमें लिखांगे, जे वधिया लग रहा तो वीडियो अपनी चैनल में सबसक्राइब जरूर कर लियो बेटा, किसी बच्चे ने जे नहीं किया अज तक। एक फ्लैट है बिल्डर को, सैल गिरने ने 150 फ्लैट 150, सैलिंग प्राइस ऑफ ईच फ्लैट इज 6 लाख। आफ्टर सैलिंग द फ्लैट ई डोनेट 1/10, 1/10 मतलब दसवां हिस्सा किनू दिता गा? फ्लड विक्टम, फ्लड विक्टम होंगे हड़ पीड़ित। हाउ मच मनी डिड द बिल्डर डोनेट, किन्नी मनी उन्हें दान करती, सारी राशि जिनी भी बनी थी किन्नवा हिस्सा करता? दसवां हिस्सा। 150 फ्लैट ने, एक फ्लैट किन्ने का बिकता है? 6 लाख का, किन्नवा हिस्सा दान करता? वो बंट दो बस, आंसर आ गया। इन्ना ही कम है, जीरो जीरो कट गई, 15 6 90। मगर जीरो कि उन्होंने 1 2 3 4 5, कई बच्चा जीरो बिच गिन जाते, बिच नहीं गिनी, यह तो 15 6 ना गुणा करके आई है, 1 2 3 4 5। तो ना ही मगर हूँ जीरो किनों कहने, 1 2 3 4 5 6, 6 जीरो ना ही मगर आ जोड़ा हैगा थोड़ा की है आंसर। इतने 3 ने, इतने 4 ने, इतने 5 ने, तो अपना आंसर की है 6 जीरो 12। एक हफ्ते किन्ने मिनट होंगे? हाउ मैनी मिनट्स आर देयर इन ए वीक? देखो वीक, वीक का मतलब किन्ने दिन होंगे ने? 7 डेज। एक डे किन्ने घंटे होंगे ने? 24। एक घंटे किन्ने मिनट होंगे ने? 60। तो आप करांगे कि 7 गुणा 24 गुणा 60 की बन गए मिनट, जिते तुहानू 7 24 ते 60 नज़र आ रहा तो आंसर है ऑप्शन नंबर 2। कई बच्चे कहते 24 गुणा 7 गुणा 60 लिखा, उल्ट पुलट लिखा, कोई चक्कर नहीं, ये हो नहीं सकता, ये नहीं है, ये भी नहीं है। जे सकिंट लिखा हों फिर आप कुछ होर देखते दे। कले मिनट से समझ गए, हफ्ता, हफ्ते दे 7 दिन, 7 दिन 24 घंटे, 24 घंटे किन्ने मिनट? 60 मिनट। तो ये थोड़ा की हो गया आंसर हो गया। अगे मिलान करने ने, मिलान के जोड़ा पहला सौखा लगता वह कर सकते, 12 जोड़ 3 घटाओ 4, 12 ते 3 15, 15 चो 4 कटे किन्ने होंगे ने? 11। तो पहले का किड़ा बन गया? तीजा, यानी कि ए किनू जा रहा है? 3। तो देखो ए 3 की जा रहा, कली ऑप्शन नंबर 2 जा रहा, सीधे ही आंसर निकलिया,
ਪਰ ਇੱਦਾਂ ਸਿੱਧਾ ਨਹੀਂ ਕੱਢਣਾ, ਚੈੱਕ ਵੀ ਕਰ ਸਕਦੇ ਹਾਂ। ਦੂਜੀ ਆਪਸ਼ਨ 4 + 5 × 2, ਪਹਿਲਾਂ ਬਰੈਕਟ ਹੱਲ ਹੋਣਾ, 4 ਤੇ 5 9 × 2, ਤਾਂ 9 × 2 ਕੀ ਹੁੰਦਾ 18, ਜਾਣੀ ਕਿ ਦੂਜੀ ਆਪਸ਼ਨ ਕਿਹਨੂੰ ਜਾਂਦੀ ਹੈ, ਪਹਿਲੀ ਨੂੰ, ਏ 3 ਨੂੰ, ਬੀ ਕਿਹਨੂੰ, 1 ਨੂੰ। ਲਓ ਜੀ, ਬੀ 1 ਨੂੰ, ਤਾਂ ਇੱਥੋਂ ਵੀ ਕਲੀਅਰ ਹੋ ਗਿਆ ਵੀ ਆਪਣਾ ਆਂਸਰ 2 ਠੀਕ ਹੈ। 8 × 4, 2 − 1, 1, ਤੀਜੀ ਆਪਸ਼ਨ ਜਾਂਦੀ ਹੈ ਦੂਜੀ ਨੂੰ, ਸੀ 2 ਨੂੰ, ਅਤੇ ਡੀ ਕਿਹਨੂੰ ਜਾ ਰਿਹਾ, 5 × 2 = 10 ਤੇ 3 = 13, ਡੀ 4। ਸਾਰਾ ਕਲੀਅਰ ਹੋ ਗਿਆ, ਸਾਰੇ ਆਪਾਂ ਚੈੱਕ ਕਰ ਲਏ ਹਰੇਕ ਦੇ ਵਿੱਚ ਹੀ ਆਂਸਰ ਕਿਹੜਾ ਆ ਰਿਹਾ, ਆਪਸ਼ਨ ਨੰਬਰ 2। ਤਾਂ ਦੂਜੀ ਆਪਸ਼ਨ 'ਤੇ ਤੁਸੀਂ ਟਿੱਕ ਲਾ ਦੇਣਾ, ਅਤੇ ਉੱਧਰੋਂ ਟਿੱਕ ਲਾ ਦੇਣਾ ਵੀ ਲਾਈਕ ਕਰ ਦੇਣਾ, ਅਤੇ ਚੈਨਲ ਨੂੰ ਕੀ ਕਰ ਲੈਣਾ, ਸਬਸਕ੍ਰਾਈਬ ਕਰ ਲੈਣਾ। ਥੈਂਕ ਯੂ।